Subscribe now and press the bell icon and never miss an update from Oops TV. ਗੱਲਾਂ ਅਮਰਿੰਦਰ ਭਾਜੀ ਤੋਂ ਸਿੱਖਿਆ ਸੀ ਉਹ ਮੈਂ ਹੁਣ ਸੋਚਦੀ ਹਾਂ ਕਿ ਮੈਂ ਕਿਉਂ ਆਪਦੀ ਲਾਈਫ 'ਚ ਉਹ ਭੁੱਲ ਗਈ ਅਮਰਿੰਦਰ ਗਿੱਲ ਨੂੰ ਮੈਨੂੰ ਯਾਦ ਹੈ ਮੈਂ ਅਮਰਿੰਦਰ ਜੀ ਨੂੰ ਫੋਨ ਕੀਤਾ ਸੀ ਲਾਹੌਰੀਏ ਟਾਈਮ 'ਤੇ ਮੈਨੂੰ ਅੰਗਰੇਜ਼ ਦਾ ਤਾਂ ਪਤਾ ਹੀ ਨਹੀਂ ਸੀ ਕਿ ਕਲੈਕਸ਼ਨ ਹੁੰਦੀ ਕੀ ਹੈ ਮੈਨੂੰ ਤਾਂ ਬਾਕਸ ਆਫਿਸ ਤਾਂ ਉਦੋਂ ਪਤਾ ਹੀ ਨਹੀਂ ਸੀ ਮੈਨੂੰ ਬਸ ਅਮਰਿੰਦਰ ਗਿੱਲ ਜੀ ਨੇ ਆ ਕਹਿਣਾ ਕਿ ਫਿਲਮ ਚੱਲ ਗਈ ਸੁਪਰ ਹਿੱਟ ਆ ਸੌ ਜਾ ਲਵ ਪੰਜਾਬੀ ਹੋਈ ਉਹਨਾਂ ਨੇ ਕਿਹਾ ਸੁਪਰ ਹਿੱਟ ਆ ਤੂੰ ਸੌ ਜਾ ਕਿ ਮਤਲਬ ਬਸ ਇੰਨੀ ਜੀ ਗੱਲ ਸੀ ਕਿ ਯਾਰ ਚੱਲ ਗਈ ਫਿਲਮ ਹੁਣ ਕੀ 10 ਪੈਸੇ ਉੱਤੇ 10 ਪੈਸੇ ਘੱਟ ਤੂੰ ਕੀ ਕਰਨਾ ਮੈਂ ਕਿਹਾ ਵਧੀਆ ਗੱਲ ਹੈ ਮੈਨੂੰ ਕਦੇ ਨਹੀਂ ਪਤਾ ਸੀ ਹੈ ਨਾ ਲਾਹੌਰੀਏ ਦੇ ਟਾਈਮ 'ਤੇ ਇਨਫੈਕਟ ਉਸ ਸਾਲ ਬਹੁਤ ਹੋਰ ਫਿਲਮਾਂ ਸੀਗੀਆਂ ਜਿਹੜੀਆਂ ਲਾਹੌਰੀਏ ਤੋਂ ਦੋ ਫਿਲਮਾਂ ਇੱਕ ਫਿਲਮ ਹੋਰ ਸੀ ਜਿਹਨੇ ਲਾਹੌਰੀਏ ਤੋਂ ਵੱਧ ਪੈਸੇ ਕਮਾਏ ਸੀ ਅਤੇ ਮੈਂ ਕਿਤੇ ਗਈ ਸੀ ਇੰਨੀ ਕੌਨਫੀਡੈਂਟਲੀ ਆ ਸੋਚ ਕੇ ਕਿ ਮੇਰੀ ਫਿਲਮ ਤਾਂ ਸੁਪਰ ਹਿੱਟ ਫਿਲਮ ਆ ਮੈਨੂੰ ਪਤਾ ਹੀ ਨਹੀਂ ਸੀ ਕਿ ਬਾਕੀ ਕੋਈ ਫਿਲਮ ਕੀਤੀ ਹੈ ਨਾ ਅਤੇ ਅੰਬਰ ਕਹਿੰਦਾ ਸ਼ਿਟ ਮੈਨੂੰ ਲੱਗ ਰਿਹਾ ਸੀ ਕਿ ਇਹਨੂੰ ਪਤਾ ਵੀ ਹੈ ਕਿ ਨਹੀਂ ਪਤਾ ਹੈ ਡਿਲਿਊਜ਼ਨ ਇਗਨੋਰੈਂਸ ਤੋਂ ਵਧੀਆ ਕੋਈ ਚੀਜ਼ ਨਹੀਂ ਹੈ ਜ਼ਰੂਰੀ ਨਹੀਂ ਹੈ ਕਿ ਹਰ ਚੀਜ਼ ਪਤਾ ਹੋਵੇ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਐਂਡ ਨੈਵਰ ਮਿਸ ਐਨ ਅਪਡੇਟ ਫਰੋਮ ਓਪਸ ਟੀਵੀ